ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਬਣਾਉਣ ਦੇ ਲਈ ਆਪਾਂ ਨੂੰ ਸਿਲਾਈ ਉੱਪਰ 3 ਕੁੰਡੇ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ, 2 ਕੁੰਡੇ ਵੱਧ। ਪਹਿਲਾ ਕੁੰਡਾ ਪਿੰਨ ਬੁਣਿਆ ਉਤਾਰਾਂਗੇ, 2 ਕੁੰਡੇ ਉਲਟੇ ਬਣਾਂਗੇ, ਧਾਗਾ ਬੈਕ ਸਾਈਡ ਕਰਕੇ 1 ਕੁੰਡੇ ਤੋਂ 3 ਕੁੰਡੇ ਬਣਾਵਾਂਗੇ। ਦੇਖੋ 1 ਕੁੰਡਾ, ਦੂਸਰਾ ਕੁੰਡਾ ਬੈਕ ਵਾਲੀ ਸਾਈਡ ਤੋਂ ਬਣਾਉਣਾ, 2 ਕੁੰਡੇ ਅੱਗੇ ਵਾਲੀ ਤੋਂ, ਤੀਸਰਾ ਕੁੰਡਾ 3 ਕੁੰਡੇ, 2 ਕੁੰਡੇ ਉਲਟੇ ਬਣਾਂਗੇ। ਧਾਗਾ ਬੈਕ ਸਾਈਡ 'ਤੇ ਕਰਕੇ 1 ਕੁੰਡੇ ਤੋਂ 3 ਕੁੰਡੇ ਬਣਾਵਾਂਗੇ, 1 2 3, 2 ਕੁੰਡੇ ਉਲਟੇ, 1 ਕੁੰਡੇ ਤੋਂ 3 ਕੁੰਡੇ ਬਣਾਵਾਂਗੇ, 1 2 3। ਸਾਰੀ ਸਿਲਾਈ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ, 2 ਕੁੰਡੇ ਉਲਟੇ, 2 ਸਿਲਾਈ 2 ਕੁੰਡੇ ਸਿੱਧੇ ਬਣਾਂਗੇ, ਧਾਗਾ ਆਪਣੀ ਸਾਈਡ ਕਰਕੇ 3 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ, 2 ਕੁੰਡੇ ਸਿੱਧੇ ਬਣਾਂਗੇ, ਧਾਗਾ ਆਪਣੀ ਸਾਈਡ ਕਰਕੇ 3 ਕੁੰਡਿਆਂ ਦਾ 1 ਕੁੰਡਾ ਬਣਾਵਾਂਗੇ, 2 ਕੁੰਡੇ ਸਿੱਧੇ, 3 ਕੁੰਡਿਆਂ ਦਾ 1 ਕੁੰਡਾ। ਸਾਰੀ ਸਿਲਾਈ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ। ਤੀਸਰੀ ਸਿਲਾਈ 2 ਕੁੰਡੇ ਉਲਟੇ, 1 ਕੁੰਡਾ ਸਿੱਧਾ, 2 ਕੁੰਡੇ ਉਲਟੇ, 1 ਕੁੰਡਾ ਸਿੱਧਾ। ਸਾਰੀ ਸਿਲਾਈ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ।
चौथी सिलाई दो कुंडे उल्टे एक कुंडा उल्टा, दो कुंडे सीधे एक कुंडा उल्टा, दो कुंडे सीधे एक कुंडा उल्टा। सारी सिलाई ये इस तरह ही कंप्लीट करांगे। ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਕਿਸਾਨ ਦਾ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ ਸ਼ੇਅਰ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।